ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਗਿਆ ਕਿ ਸੂਝ ਬੂਝ ਦੇ ਨਾਲ ਹੀ ਉਹ ਨਾਲ ਗੱਲਬਾਤ ਤੋਂ ਬਾਅਦ ਉਹਨੂੰ ਥੱਲੇ ਜਿਹੜਾ ਉਹ ਉਤਾਰ ਲਿਆ ਗਿਆ। ਪ੍ਰੋਪਰਟੀ ਹੈ ਇਹ ਉਹਦੇ 'ਚੋਂ ਹਿੱਸਾ ਮੰਗ ਰਿਹਾ ਹੈ। ਉਹ ਇਹਨਾਂ ਦੀ ਆਪਸ 'ਚ ਹੁਣ ਗੱਲਬਾਤ ਉਹ ਮੰਨ ਗਿਆ ਕਿ ਮੈਂ ਇਹਦਾ ਜਿਹੜਾ ਹਿੱਸਾ ਦੇ ਦਿੰਦਾ। ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਸਪਾਲ ਸਿੰਘ ਸਨ ਆਫ ਸੋਮਾ ਸਿੰਘ ਜੋ ਕਿ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਗਿਆ, ਥਾਣਾ ਵੈਰਕੇ ਲੱਗਦਾ ਡਿਸਟ੍ਰਿਕਟ ਫਾਜ਼ਿਲਕਾ, ਅਤੇ ਪੁਲਿਸ ਨੇ ਜਿਹੜਾ ਮੌਕੇ 'ਤੇ ਜਾ ਕੇ ਸਾਰੀ ਜਿਹੜੀ ਹੈ ਗੱਲਬਾਤ ਕੀਤੀ, ਉਹਦੇ ਨਾਲ ਵਾਰਤਾਲਾਪ ਜਸਪਾਲ ਸਿੰਘ ਨਾਲ ਕੀਤੀ ਅਤੇ ਵੀ ਉਹਦੀ ਕੀ ਗੱਲ ਹੈ, ਕਿਉਂ ਉੱਥੇ ਮਤਲਬ ਇਹ ਚੜ੍ਹਿਆ, ਅਤੇ ਬੜੀ ਸੂਝ ਬੂਝ ਦੇ ਨਾਲ ਹੀ ਉਹ ਨਾਲ ਗੱਲਬਾਤ ਤੋਂ ਬਾਅਦ ਉਹਨੂੰ ਥੱਲੇ ਜਿਹੜਾ ਉਹ ਉਤਾਰ ਲਿਆ ਗਿਆ। ਅਤੇ ਜਿਹੜਾ ਗੱਲਬਾਤ ਇਹ ਸੀ ਕਿ ਉਹਦਾ ਜਿਹੜਾ ਫਾਦਰ ਸੋਮਾ ਸਿੰਘ ਹੈ ਉਹਦੇ ਕੋਲ 14-15 ਮਰਲੇ ਜਿਹੜੀ ਉਹਦੀ ਪ੍ਰੋਪਰਟੀ ਹੈ ਇਹ ਉਹਦੇ 'ਚੋਂ ਹਿੱਸਾ ਮੰਗ ਰਿਹਾ ਵੀ ਮੇਰੀ ਜਿਹੜੀ ਇੱਕ ਘਰ ਮੇਰੀ ਛੋਟੀ ਬੱਚੀ ਹੈ ਅਤੇ ਇਹੀ ਘਰ ਦੇ ਵਿੱਚੋਂ ਇਕੱਲਾ ਮੈਰਿਡ ਹੈ ਅਤੇ ਬਾਕੀ ਜਿਹੜੇ ਹੈ ਇੱਕ ਅਨਮੈਰਿਡ ਹੈ, ਜਿਹੜਾ ਇਹਦਾ ਭਰਾ ਆ ਅਤੇ ਇੱਕ ਭੈਣ ਹੈ ਉਹ ਵੀ ਅਨਮੈਰਿਡ ਹੈ, ਅਤੇ ਜਿਹੜਾ ਹਸਬੈਂਡ ਜਿਹੜਾ ਇਹਦਾ ਫਾਦਰ ਹੈ ਉਹ ਇਹਨਾਂ ਦੀ ਆਪਸ 'ਚ ਹੁਣ ਗੱਲਬਾਤ ਉਹ ਮੰਨ ਗਿਆ ਕਿ ਮੈਂ ਇਹਦਾ ਜਿਹੜਾ ਹਿੱਸਾ ਦੇ ਦਿੰਦਾ, ਅਤੇ ਹੁਣ ਇਹਨਾਂ ਦੀ ਆਪਸ ਦੇ ਵਿੱਚ ਕੋਈ ਵੀ ਜਿਹੜੀ ਹੈ ਕੋਈ ਲੜਾਈ ਵਾਲਾ ਜਾਂ ਕੋਈ ਹੋਰ ਗੱਲਬਾਤ ਹੁਣ ਨਹੀਂ ਰਹੀ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।